अज असी तुहानू लैके चल रहे हैं किसान हट 13-13 जो कि नेड़े तिनकोनी बठिंडा रोड कोटपुरा विखे स्थित है। इत्थे हर प्रकार का साफ सुथरा शुद्ध करियाना मनियारी अते क्रॉकरी का समान बहुत ही वधिया क्वालिटी का अते बहुत ही वाजिब दामों ते मिलता है। दूरों दूरों लोग इत्थे पहुँचते हैं ते इत्थों समान खरीदते हैं। जेकर तुसी भी वधिया क्वालिटी का समान अते वाजिब दम ते समान खरीदना चाहते हो तो किसान हट 13-13 जरूर पहुँचो। साई टीम ने इत्थों दे ओनर नाल गलबात की जिन्होंने किसान हट 13-13 बारे सानू जानकारी दी। साई टीम ने इत्थे ग्राहकां नाल भी गलबात की जिन्होंने किसान हट 13-13 की बेहद तारीफ की। आओ लैके चलते हैं तुहानू किसान हट 13-13 कोटपुरा विखे। दर्शकों पंजाब प्लस चैनल ते तुहाडा स्वागत है। जी आए हैं किसान हट 13-13 जिहड़ा कि कोटपुरा विखे अपने सेवावां दे रहा। आपां देख सकते हैं कि एक ईजी डे ते जिहड़ियां वड्डियां वड्डियां जिहड़ियां कंपनियां ने शोरूम बनाए सी उहनूं मात दिंदा होया जिहड़ा हैगा इह किसान हट साडा इत्थे बणिया होया है। और गल कर रहे इत्थों दे कस्टमर्स दे नाल बापू जी तुहाडा ते बेबे तुहाडा स्वागत है दोनों का साडे स्पैशल शो। हाँ जी हाँ जी हाँ जी बहुत वधिया सौदा मिलदा जी किसान हट तों। पर्ची दे दे जी इहनां नूं समान घरे पहुँचा दिंदे आ ਜਾਇਜ ਰੇਟ ਇਹਨਾਂ ਦੇ। ਬੇਬੇ ਚੁਗਨ ਚਾਗਨ ਦੀ ਤਾਂ ਨਹੀਂ ਲੋੜ ਪੈਂਦੀ ਦਾਲਾਂ ਦੀ ਵਧੀਆ ਬਣੀ ਆਉਂਦੀ ਆ ਪਹਿਲਾਂ ਹੀ ਬਹੁਤ ਵਧੀਆ ਨਹੀਂ ਨਹੀਂ ਵਧੀਆ ਵੀਰੇ ਵਧੀਆ ਵਧੀਆ ਹਾਂ ਤਾਂ ਹੀ ਅਸੀਂ ਆਏ ਇੱਥੇ ਅੱਜ ਮੁੰਡਾ ਲੈ ਕੇ ਗਿਆ ਸਮਾਨ ਬਹੁਤ ਵਧੀਆ ਸਮਾਨ ਗਿਆ ਇੱਥੇ। ਬਾਈ ਜੀ ਕੀ ਕਹਿਣਾ ਚਾਹੋਗੇ ਕਿ ਪਰਚੀ ਨਾਲ ਹੁੰਦੀ ਆ ਸੌਦੇ ਦੀ ਰੇਟ ਦੇ ਸਾਰੇ ਲਿਖੇ ਹੁੰਦੇ ਆ ਜਾਇਜ ਰੇਟ ਆ ਹਾਂਜੀ ਜਾਇਜ ਦਾ ਰੇਟ ਬਿਲਕੁਲ ਪਰਚੀ ਹੁੰਦੀ ਆ ਪਰਚੀ ਦਿਖਾ ਦਿੰਦੇ ਆ ਘਰੇ ਸਮਾਨ ਪਹੁੰਚਾ ਦਿੰਦੇ ਆ ਇੱਕ ਨੰਬਰ ਸਮਾਨ ਆ। ਔਰ ਜਿੱਦਾਂ ਇਹ ਯੰਗ ਬਲੱਡਡ ਹੈਗਾ ਇਹ ਵੀ ਬਾਹਰ ਜਾ ਸਕਦੇ ਸੀਗੇ ਕੀ ਕਹਿਣਾ ਚਾਹੋਗੇ ਕਿ ਇਹ ਬੱਚਿਆਂ ਨੇ ਅੱਜ ਇੱਕ ਨਵੀਂ ਜਿਹੜੀ ਹੈਗੀ ਪੀੜ ਦਿੱਤੀ ਲੋਕਾਂ ਨੂੰ। ਹਾਂਜੀ ਹਾਂਜੀ ਬੱਚਿਆਂ ਨੂੰ ਲੋੜ ਹੀ ਨਹੀਂ ਬਾਹਰ ਜਾਣ ਦੀ ਜਿਵੇਂ ਉਹਦੀਆਂ ਦੁਕਾਨਾਂ ਖੁੱਲ ਗਈਆਂ ਨਾ ਲੋੜ ਹੀ ਨਹੀਂ ਹੈਗੀ ਬੱਚਿਆਂ ਨੂੰ ਰੁਜ਼ਗਾਰ ਮਿਲੂ। ਠੀਕ ਲੱਗਦਾ ਸਮਾਨ ਸਾਰਾ ਵਧੀਆ ਵਧੀਆ ਠੀਕ ਜੀ ਚਾਹ ਪੱਤੀ ਤੇ ਹੋਰ ਖੰਡਾ ਖੁੰਡਾ ਸਾਰਾ ਕੁਝ ਵਧੀਆ ਵਧੀਆ ਜੀ ਹਾਂ ਹਲਦੀ ਮਿਰਚ ਮਸਾਲੇ ਹਾਂ ਹਾਂ ਵਧੀਆ ਕੋਈ ਸ਼ਿਕਾਇਤ ਨਹੀਂ ਸਮਾਨ ਕੋਈ ਸ਼ਿਕਾਇਤ ਨਹੀਂ ਬਹੁਤ ਵਧੀਆ ਸਮਾਨ ਕੁਆਲਿਟੀ ਬਹੁਤ ਵਧੀਆ ਅਤੇ ਵਿਆਹ ਦਾ ਸਮਾਨ ਸਾਡਾ ਬਹੁਤ ਵਧੀਆ ਤਾਂ ਹੀ ਅਸੀਂ ਆਏ ਹੁਣ ਮਹਾਰਾਜ ਜੀ ਅਸੀਂ ਦੂਜੀ ਤੀਜੀ ਵਾਰ ਆ ਗਏ ਜੀ ਦੂਜੀ ਤੀਜੀ ਵਾਰ ਕਿਹੜੇ ਪਿੰਡ ਤੋਂ ਆਏ ਬਾਬਾ ਜੀ ਮੱਤੇ ਪਿੰਡ ਤੋਂ ਆਏ ਅੱਛਾ ਮੱਤੇ ਤੋਂ ਆਏ ਆਪਦੇ ਪਿੰਡ ਵਾਲੇ ਆ ਆਪਦੇ ਪਿੰਡ ਵਾਲੇ ਸ਼ੁਰੂ ਕੀਤੀ ਪਿੰਡ ਵਾਲੇ ਤਾਂ ਹੀ ਤਾਂ ਤਰੱਕੀ ਪਾਉਣੇ ਪਿੰਡ ਵਾਲੇ ਸਾਡੇ ਆਪਦੇ ਮੁੰਡੇ ਆਪਦੀ ਦੁਕਾਨ ਆ ਠੀਕ ਹੈ ਜੀ ਬਹੁਤ ਵਧੀਆ ਡੀਲ ਕਰਦੇ ਹੋ। ਦਰਸ਼ਕੋ ਪੰਜਾਬ ਪਲੱਸ ਚੈਨਲ 'ਤੇ ਤੁਹਾਡਾ ਸਵਾਗਤ ਹੈ। ਅੱਜ ਅਸੀਂ ਆਏ ਹਾਂ ਕਿਸਾਨ ਹੱਟ 13-13 ਜਿਹੜੀ ਕਿ ਕੋਟਪੁਰਾ ਦੇ ਚੌਂਕ ਦੇ ਵਿੱਚ ਬਿਲਕੁਲ ਚੌਂਕ ਦੇ ਨਾਲ ਹਾਰਟ ਆਫ ਦੀ ਕੋਟਪੁਰਾ ਸਥਿਤ ਹੈਗੀ ਆ। ਔਰ ਗੱਲ ਕਰ ਰਹੇ ਹਾਂ ਕ੍ਰੀਏਟਿਵ ਇਨਸਾਨਾਂ ਦੇ ਨਾਲ ਜਿਨ੍ਹਾਂ ਨੇ ਇਸ ਹੱਟ ਨੂੰ ਖੋਲ੍ਹਿਆ ਔਰ ਜਿਨ੍ਹਾਂ ਨੇ ਕਰੋਨਾ ਦੇ ਉਸ ਮਾੜੇ ਪੀਰੀਅਡ ਦੇ ਵਿੱਚ ਜਦੋਂ ਔਖਾ ਸਮਾਂ ਸੀਗਾ ਇਹ ਆਪਦੇ ਦਿਲ 'ਚ ਸੋਚ ਰੱਖੀ ਵੀ ਅਸੀਂ ਲੋਕਾਂ ਨੂੰ ਵਧੀਆ ਸੌਦੇ ਔਰ ਘੱਟ ਰੇਟਾਂ 'ਤੇ ਦਈਏ ਲੋਕ ਲੁੱਟੇ ਨਾ ਜਾਣ ਉਸ ਕੰਸੈਪਟ ਨੂੰ ਲੈ ਕੇ ਜਿਹੜੀ ਕਿਸਾਨ ਹੱਟ ਸਟਾਰਟ ਹੋਈ। ਔਰ ਵੀਰ ਜੀ ਹੋਰਾਂ ਨੇ ਜਿਸ ਤਰੀਕੇ ਦੇ ਨਾਲ ਬੜੇ ਥੋੜੇ ਸਮ ਦੇ ਵਿੱਚ ਹੀ ਲੋਕਾਂ ਦੇ ਵਿੱਚ ਐਸੀ ਮਤਲਬ ਭੀੜ ਪਾਤੀ ਹੈ ਕਿ ਲੋਕ ਘਰੋਂ ਫੋਨ ਕਰਦੇ ਆ ਅਤੇ ਸੌਦੇ ਜਿਹੜੇ ਲੋਕਾਂ ਦੇ ਘਰ ਪਹੁੰਚ ਜਾਂਦੇ ਆ ਪਰਚੀਆਂ ਨੂੰ ਤੜਕੇ ਲਿਖਾ ਦਿੰਦੇ ਬੰਦੇ। ਬਾਈ ਜੀ ਸਵਾਗਤ ਹੈ ਤੁਹਾਡਾ ਸਾਡੇ ਸਪੈਸ਼ਲ ਸ਼ੋਅ 'ਚ। ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਰਜਿੰਦਰ ਸਿੰਘ ਹੈ ਜੀ ਪਿੰਡ ਮੇਰਾ ਮੱਤਾ ਜੀ ਠੀਕ ਹੈ ਜੀ। ਪਹਿਲਾਂ ਖੇਤੀ ਦਾ ਕੰਮ ਕਰਦੇ ਸੀਗੇ ਜੀ ਅਸੀਂ ਫਿਰ ਉਹ ਖੇਤੀ ਛੱਡ ਕੇ ਫਿਰ ਅਸੀਂ ਸੋਚਿਆ ਵੀ ਕੁਛ ਵੱਖਰਾ ਕੀਤਾ ਜਾਵੇ। ਪਹਿਲਾਂ ਬਾਹਰ ਜਾਣ ਦਾ ਸੀਗਾ ਜੀ ਪਲਾਨ ਉਹ ਅਸੀਂ ਕੈਂਸਲ ਕੀਤਾ ਜੀ। ਫਿਰ ਅਸੀਂ ਖਾਲਸਾ ਜੀ ਨਾਲ ਜੁੜੇ ਅਤੇ ਉਹਨਾਂ ਨੇ ਸਾਨੂੰ ਰਾਏ ਦਿੱਤੀ ਵੀ ਤੁਸੀਂ ਕਿਸਾਨ ਹੱਟ ਦਾ ਸਟੋਰ ਬਣਾਓ ਠੀਕ ਹੈ ਜੀ। ਤਾਂ ਕਰਕੇ ਅਸੀਂ ਬਣਾਇਆ ਸਟੋਰ ਬਹੁਤ ਵਧੀਆ ਇਹਨਾਂ ਦਾ ਦੂਜੀਆਂ ਦਾਲਾਂ ਹੈਗੀਆਂ ਜੀ ਬਾਕੀ ਪ੍ਰੋਡਕਟ ਸਾਰੇ ਵਧੀਆ ਜੀ ਅਤੇ ਘੱਟ ਰੇਟ 'ਤੇ ਹੈ ਜੀ। ਵੀਰ ਜੀ ਕੀ ਕਹਿਣਾ ਚਾਹੋਗੇ ਕਿ ਘਰ ਦਾ ਸਾਰਾ ਸਮਾਨ ਬੰਦਾ ਜਿਹੜਾ ਕਰਿਆਨੇ ਦਾ ਵਰਤਣ ਵਾਲਾ ਸਮਾਨ ਆ ਉਹ ਹਰੇਕ ਚੀਜ਼ ਤਕਰੀਬਨ ਇੱਥੋਂ ਮਿਲਦੀ ਆ ਔਰ ਵਿਆਹ ਦਾ ਸਮਾਨ ਪੰਜੀਰੀ ਦਾ ਸਮਾਨ ਔਰ ਕਿਸੇ ਨੇ ਅਖੰਡ ਪਾਠ ਸਾਹਿਬ ਕਰਾਉਣਾ ਹੈਗਾ ਉਹਦਾ ਸਮਾਨ ਹਰ ਇੱਕ ਚੀਜ਼ ਇੱਥੇ ਅਵੇਲੇਬਲ ਹੈਗੀ ਆ ਔਰ ਬਲਕ ਦੇ ਵਿੱਚ ਹੈ ਕਿਉਂਕਿ ਅਗਰ ਬੰਦੇ ਨੇ ਦੋ ਬੋਰੀਆਂ ਖੰਡ ਦੀਆਂ ਚਾਰ ਲੈਣੀਆਂ ਉਹ ਵੀ ਆਇਲ ਦੇ 3 ਲੈਣੇ ਆ 10 ਲੈਣੇ ਆ 5 ਲੈਣੇ ਆ ਉਹ ਵੀ ਮਤਲਬ ਇੱਕ ਬੰਦੇ ਦਾ ਵਿਆਹ ਦਾ ਸਾਰਾ ਸਮਾਨ ਇੱਥੋਂ ਪਰਚੇਜ ਕਰਕੇ ਲੈ ਕੇ ਜਾ ਸਕਦਾ ਬੰਦਾ। ਹਾਂਜੀ ਪਿਛਲੇ ਹਫ਼ਤੇ ਵੀ 2-3 ਪਰਚੀਆਂ ਵਿਆਹ ਦੀਆਂ ਆਈਆਂ ਸੀਗੀਆਂ ਜੀ ਅਸੀਂ ਜਿੰਨਾ ਵੀ ਸਮਾਨ ਸੀਗਾ ਅਸੀਂ ਸਾਰਾ ਉਹਨਾਂ ਨੂੰ ਦਿੱਤਾ ਜੀ ਅਤੇ ਵਧੀਆ ਰੇਟ 'ਤੇ ਦਿੱਤਾ ਜੀ ਉਹਨਾਂ ਨੇ ਹੋਰ ਵੀ ਗਾਂਹ ਜਾ ਕੇ ਦੱਸਿਆ ਲੋਕਾਂ ਨੂੰ ਉਹਦੇ ਕਰਕੇ ਸਾਡੇ ਕੋਲ ਹੋਰ ਵੀ ਪਰਚੀਆਂ ਆਈਆਂ ਜੀ ਵਿਆਹ ਦੀਆਂ। ਵੀਰ ਜੀ ਸਾਫ਼ ਸਫਾਈ ਜਿਹਦਾ ਤੁਸੀਂ ਖਾਸ ਧਿਆਨ ਰੱਖਦੇ ਹਾਂ ਔਰ ਸੁਭਾ ਕੇ
पहला अपने खाने नू देख दियो तड़े अपनी दालां जिहड़ियां सारियां पैकेट दे विच हैगियां ये नहीं है भी किसी चीज़ दे विच भी कोकड़ू होगा हर चीज़ साफ सुथरी और प्लैंड वे दे नाल रखी हुई है और बंदा जिहड़ा हैगा जिवें वड्डे शोरूम जाके आदी ट्राली जी लै लैंदा ते ट्राली च रख रख के समान जिहड़ा सारा लै लैंदा। हाँ जी बिल्कुल जी, पहला तो जी सफाई का जी मेन ध्यान रखे जी, ठीक है नहीं जो भी कोई कस्टमर आता पहला सानू यही गल की बधाई दिता भी तुहाडी दुकान बहुत साफ सुथरी है जी, तो सानू जो भी असी सौदा चाहते हैं वो सानू सामने पिया मिलता असी आपकी चॉइस के हिसाब के नाल असी कलैक्ट करके काउंटर पर ले आए जी समान। और वीर जी जिस तरीके दे नाल विच विच जी तुसीं रवायतां बहुत दिंदे हो लोगों नूं कदे कोई कोई स्कीम आ गई ये वो दुकान है जिहड़ी स्कीमां जेब च नहीं पाउंदी स्कीमां गाहक दे गाहक नूं दिंदी है। बिल्कुल जी बिल्कुल, जो भी स्कीम सानू कंपनी लाउंदी है जी असीं गाहक नूं दिंदे हां जी प्रोवाइड कराउंदे हां, जे गाहक नूं कई वारी नहीं भी पता लग जा कि स्कीम दा असीं आप खुद दसदे हां जी उहनूं वी आह चीज़ स्कीम हैगी है जी नाल चीज़ दे दी है जी। वीर जी इत्थे बंदा पेटीएम गूगल पे किसे तरीके दे नाल मोड नाल ही पैसे दे सकदा और सब तो वड्डी गल NRI वीर जिहड़े उह तां बाहर बैठे उहदा नाल तां खुशी बड़ी आ और परचियां उधरों ही कह दिंदे वी भाई दसो सानूं समान किहड़ा और घर तुसीं पहुंचा दिंदे हो गूगल चो पेमेंट कर दिंदे घर उहनां दे बजुर्ग हुंदे आ उहनां नूं समान दी कोई बोझ नहीं पैंदा। बिल्कुल जी, साढ़े आंढ गुआंढ दे जिन्ने भी हैगे आ घर जी कई बजुर्ग हैगे जिन्हां दे बच्चे बाहर गए जी ज़्यादा पंजाब दे विच इही आ जी बच्चे बाहर आ ते बजुर्ग अपने इधर आ जी उहनां नूं औखा होया पिया जी समान लै के आउणा वी ਉਹ ਸਾਨੂੰ ਆਪਦਾ ਵਟਸਐਪ ਕਰ ਦਿੰਦੇ ਜੀ ਪਰਚੀ ਅਸੀਂ ਉਹਨਾਂ ਦੇ ਘਰ ਸਮਾਨ ਪਹੁੰਚਾਉਂਦੇ ਹਾਂ ਜੀ ਪੈਸੇ ਦੇ ਬਾਅਦ 'ਚ ਦਿੰਦੇ ਆ ਤੁਹਾਨੂੰ ਤਾਂ ਵੀ ਕੋਈ ਚੱਕਰ ਨਹੀਂ ਹੈਗਾ ਕਈ ਪੇਟੀਐਮ ਕਰ ਦਿੰਦੇ ਆ ਜੀ ਗੂਗਲ ਪੇ ਕਰ ਦਿੰਦੇ ਆ ਜੀ ਇਸ ਤਰ੍ਹਾਂ ਚੱਲਦੇ ਸਿਸਟਮ। ਵੀਰ ਜੀ ਜਿਸ ਤਰੀਕੇ ਨਾਲ ਤੁਸੀਂ ਇਸ ਨੂੰ ਹੋਰ ਵਧਾ ਰਹੇ ਹੋ ਦਿਨੋ ਦਿਨ ਔਰ ਨੋ ਡਾਊਟ ਕਿ ਕਿਸਾਨ ਹੱਟ ਦੀਆਂ ਆਈਟਮਸ ਹੈਗੀਆਂ ਲੇਕਿਨ ਉਹਦੇ ਨਾਲ ਨਾਲ ਤੁਸੀਂ ਹੋਰ ਨਵੀਆਂ ਨਵੀਆਂ ਕ੍ਰੀਏਸ਼ਨਸ ਕਰ ਰਹੇ ਹੋ ਨਵੀਆਂ ਨਵੀਆਂ ਚੀਜ਼ਾਂ ਕਿ ਜਿਹਦੇ ਨਾਲ ਜਿੱਦਾਂ ਮਸਾਲੇ ਹੈਗੇ ਆ ਨੂਨ ਦੁੱਧ ਲੱਸੀ 'ਚ ਪਾਉਣ ਵਾਲਾ ਮਸਾਲਾ ਹੋਰ ਇਹੋ ਜਿਹੇ ਟੇਸਟੀ ਵਿਅੰਜਨ ਆ ਤੁਹਾਡੇ ਕੋਲ ਜਿਹੜਾ ਗਾਹਕ ਇੱਕ ਵਾਰੀ ਲੈ ਜਾਂਦਾ ਅਚਾਰ ਇਹੋ ਜਿਹੇ ਰੱਖੇ ਹੋਏ ਆ ਵੀ ਜਿਹੜਾ ਗਾਹਕ ਇੱਕ ਵਾਰੀ ਲੈ ਜਾਂਦਾ ਦੁਬਾਰਾ ਤੁਹਾਡੇ ਬਣ ਜਾਂਦਾ। ਬਿਲਕੁਲ ਜੀ, ਸਾਡੀ ਚਾਹ ਸਭ ਤੋਂ ਵੱਧ ਸੇਲ ਦੇ ਵਿੱਚ ਆਈ ਲਿੰਕ ਮਸਾਲਾ ਟੀ ਅਸੀਂ ਸੇਲ ਕਰਦੇ ਹਾਂ ਜੀ, ਜੇ ਮੰਨ ਲਓ ਅਸੀਂ ਕੁਇੰਟਲ ਵੀ ਵੇਚੀ ਹੋਵੇ ਤਾਂ ਉਹਦੇ ਵਿੱਚੋਂ 80 ਕਿਲੋ ਚਾਹ ਅਸੀਂ ਇਹ ਸੇਲ ਕੀਤੀ ਹੋਊਗੀ ਜੀ। ਦੁਬਾਰਾ ਗਾਹਕ ਮੰਗਦਾ ਜੀ ਉਹ ਆ ਕੇ ਉਹ ਰੈਪਰ ਨਾਲ ਲੈ ਕੇ ਆਉਂਦਾ ਵੀ ਸਾਨੂੰ ਇਹੀ ਚਾਹ ਚਾਹੀਦੀ ਆ ਅਤੇ ਬਾਕੀ ਅਸੀਂ ਇਹਦੇ ਵੀ ਬਹੁਤ ਚਾਹਵਾਂ ਵਰਤ ਕੇ ਦੇਖੀਆਂ ਪਰ ਇਹਦਾ ਟੇਸਟ ਕਹਿੰਦੇ ਵੱਖਰਾ ਜੀ। ਕੀ ਕਹਿਣਾ ਚਾਹੋਗੇ ਕਿ ਇੰਡੀਆ 'ਚ ਵੀ ਅੱਜ ਹਰੇਕ ਤਰ੍ਹਾਂ ਦਾ ਕੋਈ ਬੰਦਾ ਕ੍ਰੀਏਟਿਵ ਚੀਜ਼ਾਂ ਕਰ ਲਵੇ ਤਾਂ ਇੰਡੀਆ 'ਚ ਵੀ ਸਭ ਕੁਝ ਹੈਗਾ? ਬਿਲਕੁਲ ਜੀ, ਬਾਹਰ ਜਾਣ ਦੀ ਤਾਂ ਲੋੜ ਹੈ ਨਹੀਂ ਜੀ, ਬੰਦਾ ਇੱਥੇ ਮਿਹਨਤ ਕਰਨ ਵਾਲਾ ਹੋਵੇ ਤਾਂ ਜੀ ਇੱਥੇ ਵੀ ਆਪਦਾ ਗੁਜ਼ਾਰਾ ਵਧੀਆ ਚੱਲ ਸਕਦਾ ਜੀ। ਪਹਿਲਾਂ ਮੈਂ ਤੁਹਾਨੂੰ ਦੱਸਿਆ ਜੀ ਮੈਂ ਖੇਤੀ ਦਾ ਕੰਮ ਕਰਦਾ ਸੀਗਾ ਜੀ, ਉਹਦੇ ਵਿੱਚ ਵੀ ਸਾਡਾ ਸਿਸਟਮ ਇਹ ਸੀ ਵੀ ਅਸੀਂ ਅਨਾਜ ਪੈਦਾ ਕਰਕੇ ਲੋਕਾਂ ਤੱਕ ਪਹੁੰਚਾਉਂਦੇ ਸੀਗੇ, ਬਸ ਸਾਡਾ ਤਰੀਕਾ ਬਦਲਿਆ ਜੀ, ਹੁਣ ਵੀ ਕੰਮ ਸਾਡਾ ਉਹੀ ਆ, ਚੰਗਾ ਅਨਾਜ ਚੰਗੀਆਂ ਦਾਲਾਂ ਅਸੀਂ ਲੋਕਾਂ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਵੀ ਕਿਉਂਕਿ ਮਿਲਾਵਟ ਵਾਲੀਆਂ ਚੀਜ਼ਾਂ ਬਹੁਤ ਆ ਰਹੀਆਂ ਜੀ ਅੱਜ ਕੱਲ੍ਹ ਮਾਰਕੀਟ ਦੇ ਵਿੱਚ, ਸਾਡਾ ਇਹੀ ਉਪਰਾਲਾ ਵੀ ਅਸੀਂ ਸ਼ੁੱਧ ਦਾਲਾਂ ਸ਼ੁੱਧ ਸਮਾਨ ਲੋਕਾਂ ਦੇ ਤੱਕ ਪਹੁੰਚਾਈਏ ਜਿਹਦਾ ਰੇਟ ਵੀ ਵਾਜਬ ਹੋਵੇ। ਵੀਰ ਜੀ ਕੀ ਕਹਿਣਾ ਚਾਹੋਗੇ ਕਿਸਾਨ ਹੱਟ ਦੇ ਹੁਣ ਮੇਰਾ ਖਿਆਲ ਆ ਸੌਕ ਸਟੋਰ ਹੈਗਾ ਵੀ ਆਉਣ ਵਾਲੇ ਸਮੇਂ 'ਚ ਤੁਸੀਂ ਕਹਿੰਦੇ ਹੋ ਕਿ ਹਰੇਕ ਥਾਂ ਦੇ ਉੱਤੇ ਕਿਸਾਨ ਹੱਟ ਹੋਣੀ ਚਾਹੀਦੀ ਆ, ਜਿਹੜੇ ਯੰਗ ਬਲੱਡਡ ਨੌਜਵਾਨ ਆ ਉਹਨਾਂ ਨੂੰ ਖਾਲਸਾ ਜੀ ਨਾਲ ਜੁੜਨਾ ਚਾਹੀਦਾ ਔਰ ਉਹਨਾਂ ਨੂੰ ਵੀ ਇਸ ਸਪੀਡ ਦੇ ਵਿੱਚ ਅੱਗੇ ਆਉਣਾ ਚਾਹੀਦਾ ਔਰ ਲੋਕਾਂ ਨੂੰ ਸ਼ੁੱਧਤਾ ਔਰ ਵਧੀਆ ਚੀਜ਼ ਦੇਣੀ ਚਾਹੀਦੀ। ਬਿਲਕੁਲ ਜੀ, ਜਿੱਦਾਂ ਦਾ ਰੁਝਾਨ ਲੋਕਾਂ ਦਾ ਹੋ ਰਿਹਾ ਜੀ ਇੱਧਰ ਕਿਸਾਨ ਹੱਟ ਵੱਲ, ਅਤੇ ਮੈਨੂੰ ਲੱਗਦਾ ਆਉਣ ਵਾਲੇ ਟਾਈਮ ਦੇ ਵਿੱਚ ਪਿੰਡਾਂ ਦੇ ਵਿੱਚ ਵੀ ਇਹ ਸਟੋਰ ਖੁੱਲ੍ਹਣਗੇ ਜੀ ਅੱਜ ਤੋਂ 1-2 ਸਾਲਾਂ ਦੇ ਵਿੱਚ। ਥੈਂਕ ਯੂ ਜੀ। ਹਾਂਜੀ ਬੇਟਾ, ਤੁਸੀਂ ਆਕਸਫਰਡ ਸਕੂਲ ਦੇ ਸਟੂਡੈਂਟ ਹੋ ਔਰ ਹੁਣ ਤੁਸੀਂ ਕਿਉਂਕਿ ਛੁੱਟੀਆਂ ਹੋ ਗਈਆਂ ਪਾਪਾ ਦੇ ਨਾਲ ਵੀ ਹੱਥ ਵਟਾਉਂਦੇ ਹੋ, ਕੀ ਕਹਿਣਾ ਚਾਹੋਗੇ ਆਪਣੇ ਫਰੈਂਡਸ ਨੂੰ ਕਿ ਤੁਸੀਂ ਵੀ ਆਪਣੇ ਮਾਂ ਬਾਪ ਦੇ ਨਾਲ ਥੋੜ੍ਹਾ ਬਹੁਤ ਕੰਮ ਕਰਾਉਣਾ ਚਾਹੀਦਾ ਪੜ੍ਹਾਈ ਦੇ ਨਾਲ ਨਾਲ? ਹਾਂਜੀ ਬਿਲਕੁਲ। ਔਰ ਜਿੱਦਾਂ ਤੁਸੀਂ ਕੰਮ ਕਰ ਰਹੇ ਹੋ ਆਪਦੇ ਪਾਪਾ ਦੇ ਨਾਲ, ਅੱਜ ਤੁਸੀਂ ਦੇਖ ਰਹੇ ਅਸੀਂ ਦੇਖ ਰਹੇ ਸੀਗੇ ਕਿ ਪਾਪਾ ਦੀ ਵੀ ਪਾਪਾ ਨੂੰ ਵੀ ਸਵਾਦ ਆ ਰਿਹਾ ਨਾਲੇ ਤੁਹਾਡਾ ਟਾਈਮ ਪਾਸ ਹੁੰਦਾ, ਕੀ ਕਹਿਣਾ ਚਾਹੋਗੇ ਸਾਰਿਆਂ ਨੂੰ? ਸਾਰਿਆਂ ਕਹਿਣਾ ਚਾਹੁੰਦਾ ਜੀ ਸਾਰੇ ਆਪਦੇ ਪਾਪਾ ਨਾਲ ਹੈਲਪ ਕਰਾਉਣਾ। ਔਰ ਕਿਸਾਨ ਹੱਟ ਬਾਰੇ ਕੀ ਕਹਿਣਾ ਚਾਹੋਗੇ? ਕਿਸਾਨ ਹੱਟ ਜੀ ਬਹੁਤ ਵਧੀਆ ਸ਼ੋਪ ਹੈ, ਇੱਥੇ ਸਾਰੇ ਵਾਜਬ ਰੇਟ ਮਿਲਦੇ ਆ ਜੀ, ਵਧੀਆ ਕੁਆਲਿਟੀ ਦੇ ਰੇਟ ਮਿਲਦੇ ਆ। ਔਰ ਚਾਹੁੰਦੇ ਹੋ ਕਿ ਹਰੇਕ ਬੰਦਾ ਜਿਹੜਾ ਹੈਗਾ ਕਿਸਾਨ ਹੱਟ ਨਾਲ ਜੁੜੇ? ਹਾਂਜੀ ਹਾਂਜੀ, ਇਹ ਲੜਕਾ ਮੇਰੇ ਪਿੰਡੋਂ ਹੈ ਜੀ, ਮੇਰੇ ਗੁਆਂਢ ਦਾ ਹੈਗਾ ਜੀ ਮੁੰਡਾ, ਇਹ ਵੀ ਮੇਰੇ ਨਾਲ ਕੰਮ ਦੇ ਵਿੱਚ ਹੱਥ ਵਟਾ ਰਿਹਾ, ਇਹਦਾ ਪੂਰਾ ਸਾਥ ਹੈ ਜੀ, ਸੁਬਾਹ ਜਲਦੀ ਆ ਕੇ ਇਹਨੇ ਸ਼ੋਪ ਇਸੇ ਨੇ ਖੋਲ੍ਹੀ ਹੁੰਦੀ ਆ, ਮੈਂ ਤਾਂ ਥੋੜ੍ਹਾ ਅੱਧਾ ਪੌਣਾ ਘੰਟਾ ਲੇਟ ਆਉਣਾ ਜੀ, ਸਭ ਕੁਛ ਮਤਲਬ ਵੀ ਇਹ ਸਾਂਭਦਾ ਸੁਬਾਹ ਕੇ, ਸਾਫ਼ ਸਫਾਈ ਇਸੇ ਨੇ ਕਰਨੀ ਹੁੰਦੀ ਆ। ਇੱਕ ਮੇਰੇ ਵੱਡੇ ਬ੍ਰਦਰ ਆ ਜੀ ਫਰੀਦਕੋਟ ਤੋਂ ਹਰਜਿੰਦਰ ਸਿੰਘ ਸੰਧੂ,
वो अज बाहर गए भी है जी, चंडीगढ़ गए भी, उन्होंने काम पै गया सीगा, ते वो भी साढ़े नाल पूरा मोढ़े ना मोढ़ा जोड़ के काम कर रहे हैं जी। असी दो भरा साडा यही हैगा जी मकसद भी असी वध तो वध लोगों की सेवा करिए, चंगी चीज़ लोगों को घट रेट दे विच घरों घर पहुँचाने का तक का साडा जिम्मा हैगा जी। लोग सानू अपना व्हाट्सएप करन, पर्ची कोई भी सौदा चाहिए असी उन्हां दे घर आप छड के आउणे आ।